ਟਰੱਕ ਡਰਾਈਵਰਾਂ ਦੇ ਵੱਲੋਂ ਕੀਤੀ ਗਈ ਹੜਤਾਲ ਦਾ ਅਸਰ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਕਿ ਬੀਤੇ ਦਿਨ ਹੀ ਸ਼ਾਮ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਕਿਤੇ ਨਾ ਕਿਤੇ ਜਾਣਕਾਰੀ ਪਹੁੰਚ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਨੂੰ ਲੈ ਕੇ, ਡੀਜ਼ਲ ਨੂੰ ਲੈ ਕੇ ਜੋ ਮੁਸ਼ਕਲਾਂ ਉਹ ਲੋਕਾਂ ਦੀ ਵਧਣ ਜਾ ਰਹੀਆਂ ਨੇ, ਕਿਉਂਕਿ ਜੋ ਟਰੱਕ ਡਰਾਈਵਰ ਯੂਨੀਅਨ ਨੇ ਉਹਨਾਂ ਦੇ ਵੱਲੋਂ ਵੱਖ ਵੱਖ ਸੂਬਿਆਂ ਦੇ ਵਿੱਚ ਜੋ ਰੋਸ ਧਰਨੇ ਆ ਉਹ ਜ਼ਾਹਰ ਆਪਣੇ ਕੀਤੇ ਜਾ ਰਹੇ ਨੇ, ਔਰ ਉਸਦੇ ਸਦਕਾ ਅੰਮ੍ਰਿਤਸਰ ਦੀਆਂ ਇਹ ਇੱਕ ਨਿੱਜੀ ਪੈਟਰੋਲ ਪੰਪ ਦੀਆਂ ਤਸਵੀਰਾਂ ਨੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਹੀ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਮਿਲਣਾ ਔਖਾ ਹੋਏਗਾ, ਔਰ ਆਪਣੀ ਆਈਚਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੇ ਵੱਲੋਂ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਜੋ ਹੈ ਉਹ ਲੱਗੀਆਂ ਨੇ, ਲੋਕ ਆਪਣੇ ਵਾਹਨਾਂ ਨੂੰ ਫੁੱਲ ਕਰਵਾਉਣ ਲਈ, ਟੈਂਕੀਆਂ ਭਰਵਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਕਿ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਲੱਗੇ ਨੇ, ਵਾਹਨ ਲੈ ਕੇ ਆਪਣੇ ਪਹੁੰਚੇ ਹੋਏ ਨੇ, ਇੱਥੇ ਇੱਕ ਨਹੀਂ ਦੋ ਨਹੀਂ ਵੱਡੀ ਗਿਣਤੀ ਦੇ ਵਿੱਚ ਜੋ ਵਾਹਨ ਹੈ ਲੋਕ ਲੈ ਕੇ ਆਪਣੇ ਪਹੁੰਚੇ ਹੋਏ ਨੇ, ਔਰ ਹਰ ਇੱਕ ਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਅਸੀਂ ਆਪਣੇ ਕੰਮਕਾਜ 'ਤੇ ਕਿਵੇਂ ਜਾਵਾਂਗੇ, ਜੇ ਪੈਟਰੋਲ ਡੀਜ਼ਲ ਸਾਨੂੰ ਨਹੀਂ ਮਿਲ ਪਾਇਆ ਅਸੀਂ ਆਪਣੀਆਂ ਗੱਡੀਆਂ ਕਿੱਦਾਂ ਚਲਾਵਾਂਗੇ, ਕਿੱਦਾਂ ਆਪਣੀ ਨੌਕਰੀਆਂ 'ਤੇ ਜਾਵਾਂਗੇ, ਕਿੱਦਾਂ ਆਪਣੇ ਹੋਰਨਾਂ ਕੰਮ ਕਰਾਂਗੇ। ਤਾਂ ਉਸਦੇ ਸਦਕਾ ਲੋਕ ਸਵੇਰ ਤੋਂ ਹੀ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ 'ਚ ਲੱਗ ਕੇ ਪਹੁੰਚ ਗਏ। ਮਹਿਲਾਵਾਂ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚੇ ਹੋਏ ਨੇ, ਔਰ ਇੱਥੋਂ ਤੱਕ ਕਿ ਜਿੱਥੇ ਕਿ ਵਾਹਨ ਤੋਂ ਲੈ ਕੇ ਪਹੁੰਚੇ ਨੇ, ਪਰ ਨਾਲ ਇੱਥੇ ਬੋਤਲਾਂ ਨੂੰ, ਟੈਂਕੀਆਂ ਨੂੰ ਵੀ ਭਰਵਾਇਆ ਜਾ ਰਿਹਾ, ਔਰ ਇੱਕ ਕਹਿ ਸਕਦੇ ਹਾਂ ਸਟਾਕਿੰਗ ਕੀਤੀ ਜਾ ਰਹੀ ਹੈ ਕਿ ਮਤਲਬ ਅੱਜ ਤਾਂ ਅਸੀਂ ਵਾਹਨ ਨੂੰ ਭਰਵਾ ਲੈਂਦੇ ਹਾਂ, ਆਗਾਮੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੈਟਰੋਲ ਦੀ ਖਪਤ ਹੋਏਗੀ ਗੱਡੀ ਦੀ ਤਾਂ ਉਸਨੂੰ ਭਰਵਾਉਣ ਦੇ ਲਈ ਉਸਦੀ ਮਦਦ ਲਿੱਤੀ ਜਾਏਗੀ। ਔਰ ਇਹ ਤਸਵੀਰਾਂ ਆਪ ਜ਼ਾਹਰ ਕਰਦੀਆਂ ਨੇ ਹਾਲਾਤ ਜੋ ਇਸ ਵਕਤ ਅੰਮ੍ਰਿਤਸਰ ਦੇ ਇਸ ਪੈਟਰੋਲ ਪੰਪ 'ਤੇ ਬਣੇ ਨੇ। ਪ੍ਰਸ਼ਾਸਨ ਦੀ ਸਹਾਇਤਾ ਪੰਪ ਵਾਲਿਆਂ ਨੂੰ ਲੈਣੀ ਪੈ ਰਹੀ ਹੈ, ਕਿਉਂਕਿ ਲੋਕਾਂ ਦੀ ਖਚਾ ਖਚ ਭੀੜ ਆਪਸ ਦੇ ਵਿੱਚ ਝੜਪ ਦਾ ਇੱਕ ਕਾਰਨ ਬਣ ਰਹੀ ਹੈ, ਲੋਕ ਆਪਸ ਵਿੱਚ ਬਹਿਸ ਰਹੇ ਨੇ, ਝੜਪ ਰਹੇ ਨੇ, ਹਰ ਕੋਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ, ਪਰ ਸਬਰ ਦਾ ਬੰਨ ਵੀ ਟੁੱਟਦਾ ਹੋਇਆ ਵਿਖਾਈ ਦਿੰਦਾ। ਹਰ ਇੱਕ ਨੂੰ ਹੈ ਕਿ ਮੈਂ ਪਹਿਲਾਂ ਪਵਾ ਲਾਂ, ਮੈਂ ਜਲਦੀ ਜੋ ਹੈ ਤੇਲ ਪਵਾ ਲਾਂ, ਮੈਂ ਆਪਣੀ ਟੈਂਕੀ ਨੂੰ ਫੁੱਲ ਕਰਵਾ ਲਵਾਂ। ਤਾਂ ਪ੍ਰਸ਼ਾਸਨਿਕ ਮਦਦ ਜੋ ਪੁਲਿਸ ਹੈ ਇੱਥੇ ਉਸਦੀ ਟੁਕੜੀ ਵੀ ਇੱਥੇ ਹੈ ਉਹ ਮੌਜੂਦ ਹੈ, ਜੋ ਕਿ ਮੈਨੇਜਰ ਦੇ ਵੱਲੋਂ ਇੱਥੇ ਬੁਲਾਇਆ ਗਿਆ ਉਹਨਾਂ ਨੂੰ ਕਿ ਤਾਂ ਜੋ ਲੋਕਾਂ ਨੂੰ ਇੱਕ ਡੈਕੋਰਮ ਦੇ ਵਿੱਚ ਰੱਖਿਆ ਜਾਵੇ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਫੋਰ ਵੀਲਰ ਖੜ੍ਹੇ ਨੇ, ਇੱਧਰ ਅੱਗੇ ਟੂ ਵੀਲਰ ਨੇ, ਔਰ ਟੂ ਵੀਲਰ ਵੀ ਇੱਕ ਦੋ ਨਹੀਂ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ। ਔਰ ਜੋ ਹੁਣ ਇਸ ਪੈਟਰੋਲ ਪੰਪ ਦੇ ਤਾਜ਼ਾ ਹਾਲਾਤ ਨੇ, ਜੋ ਡੀਜ਼ਲ ਹੈ ਉਹ ਪੂਰੀ ਤਰ੍ਹਾਂ ਮੁਕੰਮਲ ਜੋ ਹੈ ਮੁੱਕ ਚੁੱਕਿਆ, ਔਰ ਸਿਰਫ ਪੈਟਰੋਲ ਜਿੱਦੀ ਕਿ ਹੁਣ ਤੱਕ ਸਿਰਫ 4,500 ਲੀਟਰ ਹੀ ਬਾਕੀ ਹੈ, ਔਰ ਉਹ ਵੀ ਕਹਿ ਸਕਦੇ ਹਾਂ ਕਿ ਕੁਝ ਘੰਟਿਆਂ ਦੀ ਹੀ ਉਸਦੀ ਮਿਆਦ ਹੈ, ਅਤੇ ਕੁਝ ਸਮੇਂ ਬਾਅਦ ਉਹ ਵੀ ਇੱਥੋਂ ਖਤਮ ਹੋ ਜਾਣਾ। ਅਤੇ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਇੱਕ ਵੱਡੀ ਜੋ ਚਿੰਤਾ ਉਹ ਬਣਦੀ ਹੋਈ, ਇੱਕ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਵਿਖਾਈ ਦਿੰਦਾ, ਜਿੱਥੇ ਕਿ ਹਰ ਕੋਈ ਇਸ ਨੂੰ ਲੈ ਕੇ ਪਰੇਸ਼ਾਨ ਹੈ ਕਿ ਕਿਸ ਤਰ੍ਹਾਂ ਆਈ ਚਲਾਈ ਹੋਏਗੀ, ਕਿਸ ਤਰ੍ਹਾਂ ਕੰਮਾਂ ਕਾਜਾਂ 'ਤੇ ਜਾਵਾਂਗੇ। ਤਾਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ। ਹਾਲਾਂਕਿ ਸੋਸ਼ਲ ਮੀਡੀਆ ਤੋਂ ਅਤੇ ਟੀਵੀ 'ਚ ਆਈਆਂ ਸੁਰਖੀਆਂ ਤੋਂ ਹਰ ਕੋਈ ਹੁਣ ਤੱਕ ਜੋ ਕਹਿ ਸਕਦੇ ਹਾਂ ਕਿ ਇਸ ਨਾਲ ਜਾਣੂ ਹੋ ਚੁੱਕਿਆ ਹੈ ਕਿ ਜੋ ਹੜਤਾਲ ਚੱਲ ਰਹੀ ਹੈ ਔਰ ਜਿਸਦਾ ਕਿ ਅਸਰ ਦੇਸ਼ ਦੇ 10 ਸੂਬਿਆਂ ਦੇ ਵਿੱਚ ਨਜ਼ਰ ਵੀ ਆ ਰਿਹਾ, ਪਰ ਉੱਥੇ ਹੀ ਹੜਤਾਲ ਕਦ ਮੁੱਕਦੀ ਹੈ, ਕਦ ਖਤਮ ਹੁੰਦੀ ਹੈ, ਕੀ ਨਤੀਜਾ ਆਉਂਦਾ, ਸਰਕਾਰ ਕਿਸ ਨਿਰਣੇ 'ਤੇ ਆਉਂਦੀ ਹੈ, ਇਸਦਾ ਹਜੇ ਕਿਸੇ ਨੂੰ ਨਹੀਂ ਪਤਾ। ਪਰ ਹਰ ਕੋਈ ਇਸ ਚਿੰਤਾ ਨੂੰ ਲੈ ਕੇ ਕਿ ਪੈਟਰੋਲ ਡੀਜ਼ਲ ਸਾਨੂੰ ਕਿਵੇਂ ਮਿਲੇਗਾ ਆਗਾਮੀ ਆਉਣ ਵਾਲੇ ਦਿਨਾਂ 'ਚ, ਤਾਂ ਉਸ ਨੂੰ ਲੈ ਕੇ ਪੰਪਾਂ ਦੇ ਉੱਤੇ ਜੋ ਲੰਬੀਆਂ ਕਤਾਰਾਂ, ਲੰਬੀਆਂ ਭੀੜ ਜੋ ਹੈ ਉਹ ਲੱਗੀਆਂ ਹੋਈਆਂ, ਅਤੇ ਲੋਕ ਉੱਥੇ ਜਾ ਕੇ ਪੈਟਰੋਲ ਭਰਵਾ ਰਹੇ ਨੇ। ਦਿੱਕਤਾਂ ਇਨਸਾਨੀ ਜੀਵਨ ਅੱਗੇ ਸੰਘਰਸ਼ਮਏ ਹੈ, ਇਨਸਾਨ ਕੰਮ ਕਰਨ ਤੋਂ ਵੀ ਜਾਏਗਾ ਜੇ ਇਸ ਤਰ੍ਹਾਂ ਲੈਣਾ 'ਚ ਲੱਗਾ ਰਹੇਗਾ। ਇਸ ਕਰਕੇ ਇਹ ਪ੍ਰੋਬਲਮ ਦਾ ਹੱਲ ਹੋਣਾ ਚਾਹੀਦਾ ਅਤੇ ਦੂਰ ਹੋਣੀ ਚਾਹੀਦੀ ਹੈ, ਕਿਸੇ ਚੀਜ਼ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ ਇਨਸਾਨੀ ਜੀਵਨ 'ਚ, ਕਿਉਂਕਿ ਇਨਸਾਨੀ ਜੀਵਨ ਅੱਗੇ ਹੀ ਸੰਘਰਸ਼ਮਏ ਹੈ। ਘਰਾਂ ਨਾਲ ਪਰੇਸ਼ਾਨੀ ਇੰਨੀ ਜ਼ਿਆਦਾ ਲੈਣਾ 'ਚ ਲੱਗ ਕੇ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਕਿ ਇੰਨਾ ਕੋ ਰਸ਼ ਦੇਖ ਕੇ ਬੰਦਾ ਕਹਿੰਦਾ ਚਲੋ ਪੈਦਲ ਹੀ ਤੁਰੋ ਫਿਰ।
ਫਿਰ ਪੈਟਰੋਲ ਗੱਡੀ ਚਲਾਉਣਾ ਹੀ ਛੱਡ ਦੇਗਾ। ਇਸ ਕਰਕੇ ਇਹ ਚੀਜ਼ ਜਲਦੀ ਤੋਂ ਜਲਦੀ ਦੂਰ ਹੋਣੀ ਚਾਹੀਦੀ ਹੈ। ਬਹੁਤ ਵੱਡੀ ਮੁਸ਼ਕਲ ਖੜੀ ਹੋ ਰਹੀ ਹੈ, ਇਹ ਮੁਸ਼ਕਲ ਦਾ ਹੱਲ ਜਲਦੀ ਤੋਂ ਜਲਦੀ ਹੋਣਾ ਚਾਹੀਦਾ।